ਡਿਊਟੀ ਪਰ ਜਾ ਰਹੇ ਪੰਜਾਬੀ ਨੇ ਰਾਤ ਨੂੰ 10 ਵਜੇ ਇੱਕ ਭਿਆਨਕ ਹਾਦਸੇ ਨੂੰ ਅੰਜਾਮ ਦੇ ਦਿੱਤਾ। ਮੰਗਲਵਾਰ ਰਾਤ ਦੀ ਗੱਲ ਹੈ ਜਦੋਂ ਕੰਟਰੀ ਸਾਈਡ ਡਰਾਈਵ ਅਤੇ ਮਾਊਂਟੇਸ਼ਨ ਰੋਡ ਤੇ ਹਾਦਸਾ ਵਾਪਰਿਆ। 21 ਸਾਲਾ ਪੰਜਾਬੀ ਮੁੱਲ ਦੇ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ ਗਿਆ। ਪੀਲ ਪੁਲਿਸ ਨੇ ਹੁਣ ਇਸ ਖਬਰ ਬਾਰੇ ਪੂਰੇ ਵੇਰਵੇ ਜਾਰੀ ਕੀਤੇ ਨੇ। ਇਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਪੂਰੇ ਵੇਰਵੇ ਜਾਰੀ ਕਰਦਿਆਂ ਪੀਲ ਰੀਜਨ ਪੁਲਿਸ ਨੇ ਕਿਹਾ ਹੈ ਕਿ ਆਡੀ ਨੂੰ ਬ੍ਰੈਂਪਟਨ ਦੇ 21 ਸਾਲਾ ਬਲਦੀਪ ਸੰਦਰ ਦੁਆਰਾ ਚਲਾਇਆ ਜਾ ਰਿਹਾ ਸੀ। ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ 5 ਅਪਰਾਧਾਂ ਦਾ ਦੋਸ਼ ਲਾਇਆ ਗਿਆ, ਜਿਸ ਦੇ ਵਿਚ 2 ਖਤਰਨਾਕ ਕਾਰਵਾਈਆਂ ਦੇ ਵਿਚ ਸਰੀਰਕ ਨੁਕਸਾਨ ਪਹੁੰਚਾਉਣ ਦਾ, ਮੁਅੱਤਲੀ ਅਧੀਨ ਗੱਡੀ ਚਲਾਉਣ, ਮੋਟਰ ਵਾਹਨ ਦੀ ਦੌੜ ਲਗਾਉਣ ਅਤੇ ਬੀਮੇ ਤੋਂ ਬਿਨਾਂ ਮੋਟਰ ਵਾਹਨ ਚਲਾਉਣਾ ਵੀ ਸ਼ਾਮਲ ਹੈ। ਹਾਦਸਾ ਇੰਨਾ ਕੁ ਭਿਆਨਕ ਸੀ ਕਿ 2 ਔਰਤਾਂ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਸਪਤਾਲ ਲਿਜਾਇਆ ਗਿਆ, ਪਰ ਸ਼ੁਕਰ ਹੈ ਰੱਬ ਦਾ ਕਿ ਇਸ ਵੇਲੇ ਉਹ ਖਤਰੇ ਤੋਂ ਬਾਹਰ ਨੇ। ਬਲਦੀਪ ਦੇ ਬ੍ਰੈਂਪਟਨ ਕੋਰਟ ਚ ਗੇੜੇ ਲੱਗਣੇ ਸ਼ੁਰੂ ਹੋ ਗਏ ਨੇ ਅਤੇ ਅਜੇ ਤਾਂ ਉਹਨੂੰ ਮਹਿੰਗੀਆਂ ਅਕਾਊ ਅਤੇ ਲੰਮੀਆਂ ਖੁਆਰੀਆਂ ਚ ਘਿਰਿਆ ਰਹਿਣਾ ਪਵੇਗਾ। ਸਕਰੀਨ ਤੇ ਦੇਖ ਰਹੇ ਹੋ ਇੰਟਰਸੈਕਸ਼ਨ ਦੇ ਕੋਲ ਦੀ ਹੈ, ਜਿੱਕ ਘਰ ਦੀ ਹੈ। ਸੀਸੀਟੀਵੀ ਜਾਰੀ ਹੋ ਚੁੱਕੀ ਹੈ, ਜਿਸ ਦੇ ਵਿਚ ਸਾਫ਼ ਦੇਖਿਆ ਜਾ ਸਕਦਾ ਕਿ ਕਿੰਨੀ ਕੁ ਤੇਜ਼ ਰਫ਼ਤਾਰ ਚ ਗੱਡੀਆਂ ਦੀ ਟੱਕਰ ਹੋਈ ਹੈ ਤੇ ਹਾਦਸਾ ਕਿੰਨਾ ਕੁ ਭਿਆਨਕ ਹੈ। ਕਈ ਵੀਡੀਓ ਐਂਗਲ ਦੇ ਸਮੇਤ ਅਤੇ ਸੰਭਾਵਨਾ ਦੀ ਜਾਂਚ ਕਰ ਰਹੇ ਨੇ ਅਤੇ ਕਈ ਹੋਰ ਵਾਹਨ ਵੀ ਸ਼ਾਮਲ ਹੋ ਸਕਦੇ ਨੇ ਹਾਦਸੇ ਚ, ਇਸ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਨੂੰ ਖਦਸ਼ਾ ਹੈ ਕਿ 1 ਵਾਹਨ ਤੋਂ ਇਲਾਵਾ ਹੋਰ ਵਾਹਨ ਵੀ ਸ਼ਾਮਲ ਹੋ ਸਕਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਕਹਿ ਰਹੇ ਨੇ ਉਹ, ਜਿਸ ਦੇ ਵਿਚ ਵਾਧੂ ਨਿਗਰਾਨੀ ਜਾਂ ਡੈਸ਼ਕੈਮ ਵੀਡੀਓ ਸ਼ਾਮਲ ਹੋਵੇ। ਜੇਕਰ ਤੁਹਾਡੇ ਕੋਲ ਇਸ ਹਾਦਸੇ ਨਾਲ ਰਿਲੇਟਡ ਕੋਈ ਵੀ ਇਨਫਾਰਮੇਸ਼ਨ ਹੈ 9054533311 ਜਾਂ ਫਿਰ ਪੀਲ ਕ੍ਰਾਈਮ ਸਟੋਪਰਸ ਦੇ ਨਾਲ 1800022 ਟਿਪਸ ਦਾ ਨੰਬਰ 8477 ਜਾਂ ਫਿਰ ਪੀਲ ਕ੍ਰਾਈਮ ਸਟੋਪਰਸ .ca ਤੇ ਸੰਪਰਕ ਲਈ ਕਿਹਾ ਜਾ ਰਿਹਾ। ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਚ ਇੱਕ ਕੁੜੀ ਨੇ ਆਪਣਾ ਬਿਆਨ ਵੀ ਜਾਰੀ ਕੀਤਾ, ਜਿਸ ਵੇਲੇ ਉਸਨੇ ਇਸ ਭਿਆਨਕ ਹਾਦਸੇ ਨੂੰ ਦੱਸਿਆ। ਉਸਦੀ ਆਡੀਓ ਕਲਿਪ ਅਸੀਂ ਤੁਹਾਨੂੰ ਸੁਣਾ ਦਿੰਨੇ ਆ। ਗਰਲਸ ਇਨ ਦ ਕਾਰ, ਦੇ ਸੀਮ ਲਾਈਕ ਟੀਨੇਜਰਸ। ਆਈ ਸੀ the complete backside of the car just on the grass, completely just apart from the like the front half. And when looking, I can see one of the cars that hit the girls, it was on the other side, completely on the other side of the road. And then the other car that it was racing, it happened to stop for 2 seconds and just leave completely. ਜੇਕਰ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ਼ ਨਹੀਂ ਆਏ ਤਾਂ ਹੋ ਸਕਦਾ ਹੈ ਕਿ ਭਵਿੱਖ ਚ ਪੰਜਾਬੀਆਂ ਨੂੰ ਕੈਨੇਡਾ ਦੀ ਧਰਤੀ ਤੇ ਗੋਰੇ ਕੀ ਪੰਜਾਬੀ ਵੀ ਜਿਹੜੇ ਪੁਰਾਣੇ ਆਏ ਨੇ ਉਹ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਜਾਣ। ਦੱਸ ਦੇ ਕਿ ਪੰਜਾਬ ਦੀ ਨੌਜਵਾਨੀ ਪਿਛਲੇ 3 ਸਾਲਾਂ ਤੋਂ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਸਿਰਜ ਕੇ ਵਹਿਰਾਂ ਖੱਟ ਕੇ ਪ੍ਰਵਾਸ ਚ ਪੜ੍ਹਾਈ ਅਤੇ ਰੋਜ਼ਗਾਰ ਲਈ ਜਾ ਰਹੀ ਹੈ, ਪਰ ਇਸ ਵੇਲੇ ਜਿਹੜੀ ਵਿਦਿਆਰਥੀਆਂ ਨਾਲ ਪੁੱਠੇ ਕੰਮਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਉਹਨਾਂ ਨੇ ਇਹੋ ਜਿਹਾ ਰੂਪ ਲੈ ਲਿਆ ਕਿ ਹੁਣ ਸਿਰਫ ਵਿਦਿਆਰਥੀ ਨਹੀਂ ਪੂਰੇ ਪੰਜਾਬੀ ਭਾਈਚਾਰੇ ਤੇ ਸਵਾਲ ਚੁੱਕੇ ਜਾਂਦੇ ਨੇ। ਜੇਕਰ ਕਿਸੇ ਵੀ ਪੰਜਾਬੀ ਨਾਲ ਰਿਲੇਟਡ ਖਬਰ ਆਉਂਦੀ ਹੈ ਤਾਂ ਉੱਥੇ ਹਾਈਲਾਈਟ ਕੀਤਾ ਜਾਂਦਾ ਹੈ ਕਿ ਇਹ ਵਿਅਕਤੀ ਪੰਜਾਬੀ ਮੂਲ ਦਾ ਸੀ। ਤੇ ਇਹਨਾਂ ਖਬਰਾਂ ਦਾ ਆਏ ਦਿਨ ਆਉਣਾ ਲਗਾਤਾਰ ਜਾਰੀ ਹੈ। ਜਦੋਂ ਵਿਦਿਆਰਥੀਆਂ ਦੇ ਪੜ੍ਹਾਈ ਲਈ ਵੀਜ਼ੇ ਲੱਗਦੇ ਨੇ ਤਾਂ ਪਰਿਵਾਰ ਜਸ਼ਨ ਮਨਾਉਂਦੇ ਨੇ, ਪਰ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਹੁੱਲੜਬਾਜ਼ੀਆਂ ਕਰਦਿਆਂ ਦੇ ਜਿਹੜੇ ਨਾਮ ਚਮਕ ਰਹੇ ਨੇ ਉਸ ਤੋਂ ਬਾਅਦ ਇੰਝ ਜਾਪਦਾ ਕਿ ਹੁਣ ਕੈਨੇਡਾ ਦੇ ਵੀਜ਼ੇ ਕਿਤੇ ਰੱਦ ਹੋਣੇ ਦੁਬਾਰਾ ਸ਼ੁਰੂ ਨਾ ਹੋ ਜਾਣ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।